श्रीकाल दोस्तों, स्वागत है थोड़ा अपने चैनल पर। अज आप पहुंचे सी तोंग वाली मंडी, तो बाई पाले दियां बकरियां ते आए हैं, तो दिखाने थोनू कि बकरियां बाई लैके आया, किन्ने नग लैके आया, किन्ने सेल करते। बाई की हाल? ठीक है बाई। पहला तो अपना पिंड दस दो। पिंड पूला बाई अपना। ठीक है जी। हाँ, पाला नाम। पाला नाम। हाँ। तो किन्ने नग लैके आए अज जी? ना तो 18 ले आए बाई। 18। हाँ। किन्ने सेल हो गए? एक बच्चा मगर ते गबन भी होता। हाँ। गबन कितने चिर दी है? गबन 1.5 महीने दी है। 1.5 महीने दी गबन। हाँ। ठीक है। इदा मुल? इदा 40,000। लो जी, 40,000 रुपया मुल है, मगर बच्चा भी है ते उत्तों गबन भी है। हाँ। चेक कर लो क्वालिटी, नक नकौड़ा कन्ना कुन्ना दी क्वालिटी बहुत चंगी क्वालिटी दे विच माल है भाई। अज लेके आया मंडी तोंगाली दे विच बकरियां पूरियां चंगी आ भी नवी टॉप क्वालिटी। दो पठा मांग रहे थे एदे मगर दो पठा। हां ठीक है। कितने चिर दी सुई है? एक नोट करो दोस्तों, हरेक बकरी प्योर बीटल दे विच नक नकौड़ा चेक कर लो तुसी। आ चीज बीटल दे विच सिंगी पछाणू, कन्न लंबे ते चौड़े, चंगी क्वालिटी दे विच बाई माल लैके आया। ਇਹਦਾ ਕੀ ਮੁੱਲ ਆ ਬਾਈ? ਇਹਦਾ 25,000 ਮਾਨ ਹੈ। ਇਹਦਾ 25,000 ਰੁਪਿਆ। ਠੀਕ ਆ ਜੀ। ਹੋਰ ਜੀ, ਆ ਗਈ ਜੀ ਲੋਹਾ ਕੱਲਾ, ਇਹ ਵੀ ਗੱਬਣਾ। ਦੰਦੋ ਕਿਵੇਂ ਆ ਇਹ? ਪੂਰੇ ਪੂਰੇ ਆ ਜੀ। ਹਾਂ, ਇਹ ਪੂਰੇ ਦੰਦ ਆ। ਇਹ ਗੱਬਣ ਕਿੰਨੇ ਚਿਰ ਦੀ ਆ? ਇਹ 2.5 ਮਹੀਨੇ ਦੀ ਆ। ਇਹ 2.5 ਮਹੀਨੇ ਦੀ ਗੱਬਣ? ਠੀਕ ਆ। ਇਹਦਾ ਮੁੱਲ ਕੀ ਰੱਖਿਆ? ਇਹਦਾ 30 ਮੰਗਦਾ ਜੀ। ਲਓ ਜੀ, ਇਹਦਾ 30,000 ਰੁਪਿਆ ਕਰੋ ਨੋਟ। ਜਿਹੜੇ ਜਿਹੜੇ ਭਰਾ ਨੂੰ ਜਿਹੜੀ ਜਿਹੜੀ ਬੱਕਰੀ ਪਸੰਦ ਆਉਂਦੀ ਆ, ਨੰਬਰ ਲਾਸਟ 'ਤੇ ਆਪਾਂ ਬਾਈ ਤੋਂ ਪੁੱਛਾਂਗੇ ਅਤੇ ਵੀਡੀਓ ਦੇ ਵਿੱਚ ਵੀ ਲਾਵਾਂਗੇ, ਸੰਪਰਕ ਕਰ ਲਿਓ ਜੇ। ਆ ਗਈ ਕੋਨੀ ਜੀ। ਹਾਂ, ਇਹ ਕੋਨੀ ਆ। ਇਹ ਕਿੰਨੇ ਚਿਰ ਦੀ ਗੱਬਣ? ਇਹ ਵੀ ਹੈਗੀ ਆ 2 ਮਹੀਨੇ ਦੀ ਗੱਬਣ ਜੀ। 2 ਮਹੀਨੇ ਦੀ ਹੈ ਗੱਬਣ? ਹਾਂ, ਦੰਦ ਪੂਰੇ ਆ ਵੀ। ਸਾਰੀਆਂ ਟੌਪ ਕੁਆਲਿਟੀ ਦੇ ਵਿੱਚ ਆ। ਜਿਹੜੇ ਭਰਾ ਨੇ ਘਰੇ ਫਾਰਮ ਪਾਉਣਾ, ਚੰਗੀਆਂ ਬੱਕਰੀਆਂ ਰੱਖਣੀਆਂ, ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ। ਇਹਦਾ ਮੁੱਲ ਜੀ? ਇਹਦਾ 25,000 ਆ ਜੀ। ਇਹਦਾ 25,000 ਰੁਪਇਆ। ਠੀਕ ਆ ਜੀ। ਹਾਂਜੀ, ਹੋਰ ਕਿਹੜੀ ਰਹਿ ਗਈ ਜੀ? ਉਹ ਤਾਂ ਹੋ ਰਹੀ ਰਹੀ। ਠੀਕ ਆ, ਤਕਰੀਬਨ ਟੌਪ ਕੁਆਲਿਟੀ ਬਾਈ ਦੇ ਕੋਲੇ ਮਾਲ ਹੁੰਦਾ। ਘਰੇ ਆਪਣੇ ਜਾਨਵਰ ਕਿੰਨੇ ਕੁ ਆ? ਘਰੇ ਹੈਗੀਆਂ 40-45 ਬੱਕਰੀਆਂ ਜੀ। ਵਧੀਆ ਟੌਪ ਬੀਟਲ ਕੁਆਲਿਟੀ? ਉਹ ਤਾਂ ਆਪਾਂ ਲਾਈ ਚਲਾਈ ਖਾਤਰ ਉਹ ਤਾਂ ਘਰੇ ਹੀ ਰੱਖਣਾ ਸਪੈਸ਼ਲੀ। ਠੀਕ ਆ। ਹਾਂ, ਉਹ ਤਾਂ ਇੱਕ ਅੱਧੀ ਊਂ ਅੱਜ ਤਾਂ ਬੰਦਾ ਦੇ ਦੇ, ਊਂ ਇਕੱਠੀਆਂ ਨਹੀਂ ਦਿੰਦਾ ਉਹਨਾਂ ਨੇ। ਇਕੱਠੀਆਂ ਨਹੀਂ, ਬੱਚੇ ਬੁੱਚੇ ਉਹਨਾਂ ਦੇ ਸੇਲ ਕਰਦੇ? ਹਾਂ, ਬੱਚੇ ਸੇਲ ਕਰਦੇ ਨੇ। ਠੀਕ ਆ। ਹਾਂ, ਅਤੇ ਬੱਕਰਾ ਆਪਣੇ ਕੋਲ ਵਧੀਆ ਆਪਦੇ ਕੋਲ? ਬੱਕਰਾ ਪੂਰਾ ਚੰਗਾ ਜੀ। ਹਾਂ, ਆਪਦੇ ਕੋਲ ਹੀ ਆ। ਠੀਕ ਆ। ਕਿੰਨੀ ਕੁ ਲੈਂਥ ਦਾ ਬੱਕਰਾ? ਬੱਕਰਾ ਹੋਈ ਹੈ 45-46 ਇੰਚ ਦਾ ਹੋਊ। 2 ਦੰਦ ਬੱਚਾ ਹਲੇ ਲਾਲ ਡੱਬਾ। ਉਹਦੇ ਬੱਚੇ ਮੰਨ ਲਓ ਮਿਲ ਜਾਣਗੇ ਤੁਹਾਡੇ ਤੋਂ? ਹਾਂ ਹਾਂ, ਮਿਲ ਜਾਣਗੇ ਬੱਚੇ। ਠੀਕ ਹੈ, ਜੇ ਬਾਕੀ ਭਰਾ ਨੇ ਬੱਚੇ? ਹਾਂ ਜੀ, ਹਾਂ, ਰੱਖ ਨੂੰ ਲੈਣਾ ਬੱਚਾ ਉਹ ਲੈ, ਬੱਚੇ ਬਹੁਤ ਵਧੀਆ ਮਿਲ ਜਾਣਗੇ ਜੀ, ਕੁਆਲਿਟੀ 'ਚ ਪੂਰੇ ਬੱਚੇ ਮਿਲ ਜਾਣਗੇ। ਠੀਕ ਹੈ। ਹਾਂਜੀ, ਅਤੇ ਸੰਪਰਕ ਨੰਬਰ ਬੋਲ ਦਿਓ ਆਪਦਾ। ਨੰਬਰ ਹੈ 62-849-53-210। 62-849? ਹਾਂ, 53-210। 53-210। ਹਾਂਜੀ। ਸੋ ਬਾਈ ਦੇ ਨਾਲ ਸੰਪਰਕ ਕਰ ਲਿਓ ਜਿਹੜੇ ਭਰਾ ਨੇ ਚੰਗੀ ਕੁਆਲਿਟੀ ਨਵਾਂ ਫਾਰਮ ਸ਼ੁਰੂ ਕਰਨਾ, ਚੰਗੀ ਕੁਆਲਿਟੀ ਲੈਣੀ ਹੈ, ਬੱਚੇ ਵੀ ਬਾਈ ਦੇ ਕੋਲ ਮਿਲ ਜਾਣਗੇ, ਅਤੇ ਬੱਕਰਾ ਬਹੁਤ ਚੰਗੀ ਕੁਆਲਿਟੀ ਦਾ, ਉੱਚੀ ਲੈਂਥ ਹੈ, ਵਧੀਆ ਉਸੇ ਦੇ ਬੱਚੇ ਮਿਲਣਗੇ ਬਾਈ ਦੇ ਕੋਲ, ਅਤੇ ਸੰਪਰਕ ਕਰ ਲਿਓ ਜੀ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਯਾਰ, ਕੋਈ 6 ਲਾਇਆ ਤੇ 5 ਲਾਇਆ ਪਹਿਲਾਂ ਦਾ ਇਹਦਾ। ਮੈਂ ਕੱਚੇ ਪੈਸੇ ਤੈਨੂੰ ਆਪ ਹੀ ਨਹੀਂ ਭਰਾ ਨੂੰ ਲਾਉਂਦਾ ਯਾਰ, ਤੂੰ ਵੀ ਖਰੀਦ ਕੇ ਲਿਆਉਣਾ ਬਾਹਰੋਂ, ਉਹ ਸਾਨੂੰ ਵੀ ਪਤਾ ਵੀ ਹੁਣ ਬੰਦਾ ਖਰੀਦ ਕੇ ਮਾਲ ਲਿਆਊਗਾ। ਤੈਨੂੰ ਪਤਾ ਆਪਾਂ ਇੰਨੀ ਦਾ ਪੜੀ, ਫਿਰ ਐਂ ਕਹਦੇ ਵੀ ਭਰਾ ਵਾਸਤੇ ਆ ਗੱਲ ਹੈ, ਬਸ ਜਾਇਜ਼ ਜੀ ਗੱਲ ਕਰ ਦਿਓ ਜੀ, ਨਾ ਮੈਂ ਇੱਥੋਂ ਕਹਿ ਕੋ ਆ ਤੇ ਨਾ ਮੈਂ ਕਰਾਂ। 14 ਵਾਲੀ ਤਾਂ ਵੀ ਰਹੇ ਨੇ, ਜਾਂ 500 ਹੋਰ ਪਾ ਲਾ। ਕਿਹੜੀ? ਨਹੀਂ ਯਾਰ, ਉਧਰ ਹੈ ਕਟੂ ਜੀ, 500 ਹੋਰ ਪਾਓ ਜੀ। ਨਹੀਂ ਤੇ ਸਮਝ ਆਉਂਦੀ, ਬਿਲਕੁਲ ਜਾਇਜ਼ ਆ ਵੀਰ, ਮੰਨ ਲਓ।
ਬੱਚੇ ਵੀ ਹੋਣਗੇ ਨਾਲ ਬੱਚਿਆਂ ਕਰਕੇ ਵੀ ਚੱਲਦਾ ਫਿਰ ਕੰਮ ਫਿਰ ਤੈਨੂੰ ਐਨੇ ਮਾਂ ਦਾ ਸਣੇ ਬੱਚਾ ਫਿਰ ਪੁੱਤੀ ਵੀ ਨਾ ਪੇ ਦਿੰਦਾ ਨਹੀਂ ਹੁੰਦੀ ਵੀ ਦੇ ਨਹੀਂ ਵੀਰੇ ਮਹਾ ਜਾ ਜਾ ਨਹੀਂ ਬਿਲਕੁਲ ਓਕੇ ਰਿਪੋਰਟ ਤੇ ਜਾਇਜ਼ ਗੱਲ ਹੀ ਕਰੀਏ ਤੇ ਜਮਾ ਓਕੇ ਰਿਪੋਰਟ ਤੇ ਪੈਸੇ ਲਾਏ ਮਹਾ ਨਹੀਂ ਉਹ ਜੀ ਗੱਲ ਨਹੀਂ ਕਰੀ ਬਿਲਕੁਲ ਭਰਾ ਨੂੰ ਜਾਇਜ਼ ਪੈਸੇ ਨਹੀਂ ਆਪਾਂ ਦੇ ਨਾਲ ਵੇਚਣਾ ਹੀ ਗੱਲ ਹੀ ਕਰੀਏ ਫਿਰ ਮੈਂ ਵੀ ਵੇਚਣ ਲੈਣ ਦੇ ਨਾਲ ਹੀ ਗੱਲ ਹੀ ਕਰੀ ਜਾਂਦਾ ਤੂੰ ਤਾਂ ਬਾਲਾ ਥੱਲੇ ਫਿਰਦਾ ਬਾਲਾ ਥੋੜਾ ਘਣਾ ਫਰਕ ਹੁੰਦਾ ਤਾਂ ਵੀ ਕੱਟ ਲੈਂਦੇ ਆਪਾਂ ਬਾਲਾ ਹਾਂ ਹਾਂ ਠੀਕ ਆ ਯਾਰ ਏਡਾ ਕੋਈ ਭਾਰੀ ਰਾਜੀ ਵੀ ਹੈ ਨਹੀਂ ਮੋਟੀ ਨਹੀਂ ਰਾਜੀ ਤਾਂ ਹੈ ਨਹੀਂ ਪਰ ਆਪਾਂ ਹੀ ਪੈਸੇ ਮੈਂ ਵੀ ਤੇਰੇ ਨਾਲ ਮੁੱਲ ਪੈਸੇ ਦਾ ਇਹਦਾ ਪਰ ਬੱਚੇ ਵੀ ਆਏ ਹੋਣਗੇ ਮਗਰ ਦੇ ਕੋਈ ਬੱਚਾ ਨਹੀਂ ਆਇਆ ਯਾਰ ਬਿਲਾ ਫਿਰ ਕੱਲੀ ਵੇਚਣੀ ਸੀ ਕਈ ਵਾਰੀ ਵੇਚ ਵੀ ਦਿੰਦਾ ਬੰਦਾ ਕੱਲੀ ਵੀ ਵਿਕ ਜਾਂਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਫਿਰ ਮੈਂ ਉਹਨਾਂ ਲਾ ਕੇ ਦਿੰਦੇ ਆਪਾਂ ਨਾਲ ਲੈ ਫੜੋ ਠੀਕ ਹੈ ਨਾ ਮੋੜੋ ਠੀਕ ਹੁੰਦਾ ਆਪਾਂ ਫੜ ਲੈਂਦੇ ਮਹਾ ਹੋਰ ਚੱਲੂ 500 ਤੇ ਨਾ 500 ਤੋਂ ਘੱਟ ਦੇ ਦੇ 500 ਪਿਛਲਾ ਮੈਂ ਵੀ ਭੱਜਣ ਵਾਲਾ ਨਹੀਂ 500 ਨੂੰ ਲਾਤਾ ਬਾਈ ਜਿੰਨੀ ਆਪਣੀ ਗਜਾਸੀ ਭਰਾ ਕੱਢਤੀ ਚੱਲ ਕੋਈ ਗੱਲ ਨਹੀਂ ਲੈ ਫੜ ਪਚਾਨਵੇ ਸੋ ਦੀ ਦਿਓ ਜੀ ਚੱਕ ਫਿਰ ਮੈਂ ਵੀ ਭਜਦਾ ਲੈ ਚੱਕ ਹੁਣ ਤਾਂ ਬਰਾਬਰ ਦਾ ਮੁੱਲ ਹੈ ਨਹੀਂ ਬਰਾਬਰ ਦਾ ਮਖਾ ਮੰਨ ਲਾ ਜੇ ਪੂਰੇ ਵੀ ਕਰਦੇ ਤਾਂ ਵੀ ਦੇ ਦਿੰਦੇ ਆਪਾਂ ਬਈ ਫਿਰ ਸੁੱਖੇ ਹੁਣ ਤੈਨੂੰ ਪੱਲੇ ਗਲਤ ਰੁਪਈਏ ਦੀ ਗੱਲ ਭਰਾ ਨੂੰ ਕੋਈ ਗੱਲ ਨਹੀਂ ਆਪਾਂ ਦੇ ਸਾਹ ਚ ਨਹੀਂ ਮਿਲਿਆ ਇਹ ਛੋਟੀ ਮਰਜ਼ੀ ਹੈ ਜੀ ਨਹੀਂ ਹੋਣੀ ਇੱਥੇ ਫਿਰ ਇੰਟਰਵਿਊ ਬੰਦ ਕਰ ਦਿੰਨੇ ਆਪਾਂ ਮੈਂ ਤਾਂ ਦੱਸਿਆ ਸੀ ਇਹ ਹੈ ਹੀ ਨਹੀਂ ਚੱਲਣੀ ਨਾ ਆ ਕੀ ਦਾ ਬਈ ਤੇਰਾ ਫੜ ਕੀ ਜਗਾੜਾ ਹਾਲ ਕਿਹੜੀ ਬੱਕਰੀ ਆ ਇਹ ਨਾਗਰੀ ਆ ਸ਼ੀਰੀ ਨਹੀਂ ਮਿਲਿਆ ਯਾਰ ਆਪਣੇ ਪੂਰੇ ਕਰਦੇ ਤਾਂ ਵੀ ਫੜਾ ਆਂਦੇ ਬਿਲਾ ਆਪਾਂ ਮੈਂ ਤੇਰੇ ਨਾਲ ਗੱਲ ਨੀ ਕਰਦਾ ਜੇ ਪੂਰੇ ਕਰਦੇ ਤਾਂ ਵੀ ਭਾਈ ਹੁਣ ਤੇਰੀ ਉੱਠੀ ਉੱਠਣ ਦੀ ਗੱਲ ਹੈ ਭਾਈ ਹੁਣ ਤਾਂ ਆਪਾਂ ਦਾ ਬਰਾਬਰ ਦੇ ਪੈਸੇ ਲਾਤੇ ਸੀ ਭਰਾ ਨੂੰ 10,000 ਦੀ ਕਹਿੰਦਾ ਪੂਰੇ ਟੱਕਰ ਦੇ ਰੁਪਈਏ ਨੇ ਯਾਰ ਉਹ 10,000 ਦੀ ਇਹ ਤੈਨੂੰ ਬਰਾਬਰ ਦੇ ਪੈਸੇ ਲਾਣੇ ਕੋਈ ਆਪਾਂ ਦਾ ਜਾਇਜ਼ ਗੱਲ ਨਹੀਂ ਕਰੀ ਬਿਲਾ ਨਹੀਂ ਪੱਲੇ ਨਹੀਂ ਥੋੜੇ ਲਾਉਣੇ ਨਹੀਂ ਕੋਈ ਗੱਲ ਉਹ ਤਾਂ ਤੈਨੂੂੰ ਵੀ ਪਤਾ ਉਹ ਪੋਗ ਦਾ ਲੜਾ ਮੈਂ ਪੈਸੇ ਲਾਈ ਬਿਠਾਏ ਦੇ ਉਹ ਐਂ ਤਾਂ ਫਿਰ ਘਾਟੇ ਵੱਧੇ ਦਾ ਚੱਲਦੀ ਆ ਘਾਟਿਆਂ ਦਾ ਫਿਰ ਯਾਰ ਹੁਣ ਘਾਟੇ ਵੱਧੇ ਦਾ ਭਰਾ ਚੱਲਦੀ ਰਹਿੰਦੇ ਨੇ ਕੋਈ ਕੋਈ 10 ਰੁਪਏ ਛੱਡ ਗਈ ਕੋਈ ਘਟ ਗਈ ਕੋਈ ਘਟਾ ਗਈ ਇਹ ਕੀ ਆ ਬਟਨ ਲਈ ਲਈ ਉਹ ਦਾ ਬਾਅਦ ਘਟ ਹੋ ਜਾ ਕੱਲੀ ਲਈ ਆ ਅੱਛਾ ਆ ਚੱਕਰ ਹੋ ਜਾਂਦਾ ਜੇ ਇਕੱਠੀਆਂ ਚਾਹੀਦੀਆਂ ਫਿਰ ਵੀ ਚਲੋ ਦੇਖ ਲਓ ਜੀ ਲੈ ਭਾਈ ਆ ਲਓ ਜੀ ਚਲ ਭਈ ਆ ਜਾ ਮੁੰਡਿਆ ਨੂੰ ਜਾਨਵਰ ਦੀ ਬਾਈਬਲ ਜਿਹਨੂੰ ਚੰਗੀ ਤਰ੍ਹਾਂ ਬਣਾ ਦਿਆ ਕਰੋ ਹਾਂ ਭਾਈ